फ्रंटलाइन पंजाब देखरे दर्शकों दा स्वागत है हाजिर होया है ਤੁਹਾਡੇ ਲਈ ਲੈ ਕੇ ਵੱਡੀ ਅਪਡੇਟ ਕਿਸਾਨਾਂ ਨੇ ਕਰਤਾ ਉਹੀ ਵੱਡਾ ਕੰਮ ਜਿਸ ਨਾਲ ਸਰਕਾਰ ਤੇ ਪ੍ਰਸ਼ਾਸਨ ਦੀ ਇੱਕ ਵਾਰ ਫਿਰ ਨੀਂਦ ਉੱਡ ਗਈ ਹੈ ਕਿਸਾਨਾਂ ਦੀਆਂ ਫਸਲਾਂ ਦੇ ਅੰਬਾਰ ਅਨਾਜ ਮੰਡੀਆਂ ਚ ਲੱਗੇ ਹੋਏ ਹਨ ਪਰ ਲਿਫਟਿੰਗ ਨਾ ਹੋਣ ਕਰਕੇ ਕਿਸਾਨ ਖੱਜਲਖਵਾਰ ਹੋ ਰਿਹਾ ਹਨ ਉੱਥੇ ਦੂਜੇ ਪਾਸੇ ਬਾਰਦਾਨੇ ਦੀ ਘਾਟ ਨੂੰ ਲੈ ਕੇ ਵੀ ਕਿਸਾਨਾਂ ਨੂੰ ਖੱਜਲ ਹੋਣਾ ਪੈ ਰਿਹਾ ਹੈ ਜਦ ਕਿ ਪ੍ਰਸ਼ਾਸਨ ਅਤੇ ਸਰਕਾਰ ਇਸ ਸਭ ਤੋਂ ਬੇਖਬਰ ਦਿਖਾਈ ਦੇ ਰਿਹਾ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧਾਂ ਦੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਉਹਨਾਂ ਦਾਅਵਿਆਂ ਦੀ ਯਕੀਨੀ ਹਕੀਕਤ ਜਗ ਜਾਹਰ ਹੁੰਦੀ ਦਿਖਾਈ ਦੇ ਰਹੀ ਹੈ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਆਖਿਆ ਕਿ ਕਿਸਾਨਾਂ ਨੂੰ ਮੰਡੀ ਦੇ ਵਿੱਚ ਫਸਲ ਛੁੱਟਣ ਦੇ ਲਈ ਪਾਸ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਦੇ ਚੱਲਦਿਆਂ ਕਿਸਾਨਾਂ ਵੱਲੋਂ ਇਸ ਪਾਸ ਸਿਸਟਮ ਨੂੰ ਬੰਦ ਕਰਨ ਲਈ ਅੱਜ ਧਰਨਾ ਚਲਾਇਆ ਗਿਆ ਹੈ ਉਹਨਾਂ ਆਖਿਆ ਕਿ ਕਿਸਾਨ ਕਈ-ਕਈ ਦਿਨਾਂ ਤੋਂ ਮੰਡੀਆਂ ਦੇ ਵਿੱਚ ਫਸਲਾਂ ਲੈ ਕੇ ਬੈਠੇ ਹੋਏ ਹਨ ਤੇ ਇੱਕ ਇੱਕ ਦਾਣਾ ਚੁੱਕਣ ਦੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਮੰਡੀਆਂ 'ਚ ਬਾਰਦਾਨਾ ਭੇਜਣ ਤੋਂ ਵੀ ਅਸਮਰਥ ਹੈ ਹੁਣ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਮੰਡੀਆਂ 'ਤੇ ਬਾਰਦਾਨਾ ਨਹੀਂ ਪਹੁੰਚ ਆ ਦਿੱਤਾ ਜਾਂਦਾ ਤਦ ਤੱਕ ਇਹ ਦਰਨਾ ਨਹੀਂ ਚੁੱਕਿਆ ਜਾਵੇਗਾ ਇਸ ਤਰ੍ਹਾਂ ਜਦੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਾਸ ਨੂੰ ਲੈ ਕੇ ਸਾਰੀ ਸਮੱਸਿਆ ਪੇਸ਼ ਆ ਰਹੀ ਹੈ ਉਹਨਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਕਰਕੇ ਇਹ ਪਾਸ ਸਿਸਟਮ ਸ਼ੁਰੂ ਕੀਤਾ ਗਿਆ ਹੈ ਇਸ ਸਬੰਧੀ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੁਆਰਾ ਲਗਾਇਆ ਗਿਆ ਦਰਨਾ ਹਟਵਾ ਦਿੱਤਾ ਗਿਆ ਉਹਨਾਂ ਆਖਿਆ ਕਿ ਹਾਲਾਂਕਿ ਬਾਰਦਾਨੇ ਦੀ ਕਮੀ ਕਰਕੇ ਸਾਨੂੰ ਮੁਸ਼ਕਲ ਪੇਸ਼ ਜ਼ਰੂਰ ਆ ਰਹੀ ਆ ਪਰ ਕੰਮ ਚਲਾਉ ਉਹ ਬਾਦਨਾ ਸਾਡੇ ਤੱਕ ਜ਼ਰੂਰ ਪੁੱਜ ਰਿਹਾ ਹੈ ਪਰ ਸਾਡੀ ਸਰਕਾਰ ਤੋਂ ਮੰਗ ਹੈ ਕਿ ਕਿਸਾਨਾਂ ਦੀ ਫਸਲ ਦੀ ਭਰਾਈ ਵਾਸਤੇ ਲੋੜੀਂਦੇ ਬਾਰਦਾਨੇ ਦੀ ਪਹੁੰਚ ਮੰਡੀਆਂ ਤੱਕ ਜ਼ਰੂਰ ਕਰਵਾਈ ਜਾਵੇ ਤਾਂ ਦੋਸਤੋ ਵੱਡੀ ਖਬਰ ਨਾਬੇ ਤੋਂ ਆਈ ਜਿੱਥੇ ਕਿਸਾਨਾਂ ਵੱਲੋਂ ਬਾਰਦਾਨੇ ਦੀ ਕਮੀ ਕਰਕੇ ਧਰਨਾ ਲਗਾਇਆ ਗਿਆ ਇਹੋ ਜਿਹਾ ਹੋਰ ਲੇਟੈਸਟ ਅਪਡੇਟ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਜਲਦੀ ਮਿਲਦੇ ਆ ਨਵੀਂ ਤੇ ਤਾਜ਼ਾ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ